ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਿਮਾ ਕੀ ਹੈ? ਆਪਣੇ ਨਾਲ ਅਪਰਾਧ ਕਰਨ ਵਾਲੇ ਨੂੰ ਡੰਡ ਦੇਣਾ ਤੇ ਮਾਫ਼ ਕਰ ਦੇਣਾ ਇਹ ਸ਼ੂਰਵੀਰ ਤੇ ਬਲੀ ਪੁਰਸ਼ਾਂ ਦਾ ਗੁਣ ਹੈ, ਕਾਇਰਾਂ ਦਾ ਨਹੀਂ। ਸ਼ਕਤੀ ਹੁੰਦਿਆਂ ਕਿਸੇ ਨੂੰ ਮਾਫ਼ ਕਰ ਦੇਣਾ ਖਿਮਾ ਹੈ। ਨਿਰਬਲ ਹੋ ਕੇ ਚੁੱਪ ਰਹਿਣਾ ਖਿਮਾ ਨਹੀਂ, ਬੁਜ਼ਦਲੀ ਹੈ। ਸਰੀਰਕ ਬਲ ਇਸ ਤੋਂ ਨਾਪਿਆ ਜਾਂਦਾ ਹੈ ਕਿ ਕੋਈ ਆਦਮੀ ਕਿੰਨਾ ਮੋਟਾ ਤਾਜ਼ਾ ਤੇ ਭਾਰ ਕਿੰਨਾ ਕੁ ਚੁੱਕਦਾ ਹੈ। ਆਤਮਿਕ ਬਲ ਇਸ ਤੋਂ ਮਾਲੂਮ ਹੁੰਦਾ ਹੈ ਕਿ ਕੌਣ ਕਿੰਨਾ ਬਰਦਾਸ਼ਤ ਕਰ ਸਕਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਗਈ ਬਰਤ ਸਿਲ ਸੰਤੋਖੰਗ, ਰੋਗ ਨਾ ਬਿਆਪੈ ਨਾ ਜਨ ਦੁਖੰਗ। ਭਾਵ ਜਿਸ ਨੇ ਖਿਮਾ ਸਿਲ ਅਤੇ ਸੰਤੋਖ ਨੂੰ ਧਾਰਨ ਕੀਤਾ ਹੈ ਉਸ ਨੇ ਸਹੀ ਵਰਤ ਰੱਖਿਆ ਹੈ, ਉਸ ਨੂੰ ਰੋਗ ਅਤੇ ਮੌਤ ਦਾ ਡਰ ਨਹੀਂ। ਸੰਤੋਖ ਤੋਂ ਵੱਧ ਕੇ ਸੁਖ ਨਹੀਂ, ਖਿਮਾ ਤੋਂ ਵੱਧ ਕੇ ਤਪ ਕੋਈ ਨਹੀਂ। ਕਬੀਰ ਜੀ ਕਹਿੰਦੇ ਹਨ, ਕਬੀਰਾ ਜਹਾਂ ਗਿਆਨ ਤੈ ਧਰਮ ਹੈ, ਜਹਾਂ ਝੂਠ ਤੈ ਪਾਪ, ਜਹਾਂ ਲੋਭ ਤੈ ਕਾਲ ਹੈ, ਜਹਾਂ ਖਿਮਾ ਤੈ ਆਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।